ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਅੱਜ ਅੰਮ੍ਰਿਤਸਰ ਪਹੁੰਚੇ ਜਿੱਥੇ ਉਹਨਾਂ ਨੇ ਸਭ ਤੋਂ ਪਹਿਲਾਂ ਸ਼ਹੀਦਾਂ ਦੀ ਧਰਤੀ ਜਲਿਆਂਵਾਲੇ ਬਾਗ ਦੇ ਵਿੱਚ ਸ਼ਹੀਦਾਂ ਨੂੰ ਪ੍ਰਣਾਮ ਕੀਤਾ। ਇਸ ਮੌਕੇ ਸੈਂਕੜੇ ਦੀ ਗਿਣਤੀ ਵਿੱਚ ਲੋਕ ਇਨਸਾਫ ਪਾਰਟੀ ਦੇ ਮੈਂਬਰ ਉਹਨਾਂ ਦੇ ਨਾਲ ਮੌਜੂਦ ਸੀ ਅਤੇ ਬੈਂਸ ਦੁਆਰਾ ਅਖੰਡ ਜੋਤੀ ਦੇ ਸਾਹਮਣੇ ਖੜ੍ਹ ਕੇ ਪੰਜਾਬ ਦੇ ਵਿੱਚੋਂ ਨਸ਼ੇ ਖਤਮ ਕਰਨ ਦੀ ਸਹੁੰ ਖਾਧੀ ਗਈ। ਇਸ ਮੌਕੇ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਨਸ਼ੇ ਖਿਲਾਫ਼ ਇੱਕ ਨਾਟਕ ਵੀ ਖੇਡਿਆ ਗਿਆ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਹੈ ਕਿ ਪੂਰੇ ਪੰਜਾਬ ਦੇ ਵਿੱਚ ਕਾਲਾ ਹਫ਼ਤਾ ਮਨਾਇਆ ਜਾ ਰਿਹਾ ਹੈ। ਚਿੱਟੇ ਦੇ ਵਿਰੋਧ ਦੇ ਵਿੱਚ ਕਾਲਾ ਹਫ਼ਤਾ, ਪਰ ਇਹ ਮੈਂ ਅੱਜ ਪੂਰੇ ਪੰਜਾਬ ਦੇ ਵਿੱਚ 7 ਦਿਨਾਂ ਦੇ ਵਿੱਚ 7ਵਾਂ ਦਿਨ ਅਸੀਂ ਇਸ ਪਵਿੱਤਰ ਧਰਤੀ 'ਤੇ ਆਏ, ਜਲਿਆਂਵਾਲੇ ਬਾਗ ਦੀ ਧਰਤੀ, ਉਹ ਜਿਹੜੀ ਸਾਡੇ ਪੁਰਖੇ ਸ਼ਹੀਦਾਂ ਦੇ ਰਕਤ ਦੇ ਨਾਲ ਰੰਗੀ ਹੋਈ ਹੈ। ਇਸ ਪਵਿੱਤਰ ਧਰਤੀ ਦੀ ਮਿੱਟੀ ਮੱਥੇ ਨੂੰ ਲਾ ਕੇ ਇੱਕ ਆਸ਼ੀਰਵਾਦ ਲਿਆ ਕਿ ਤੁਸੀਂ ਸਾਨੂੰ ਦੇਸ਼ ਆਜ਼ਾਦ ਕਰਾ ਕੇ ਗਏ ਹੋ, ਦੇਸ਼ ਦੀ ਆਜ਼ਾਦੀ ਤੁਸੀਂ ਦੇ ਕੇ ਗਏ ਹੋ, ਪੰਜਾਬ ਨੂੰ ਚਿੱਟਿਆਂ ਤੋਂ ਆਜ਼ਾਦੀ ਦਵਾਉਣ ਵਾਸਤੇ ਅੱਜ ਲੋਕ ਤੁਹਾਡੇ ਕੋਲੋਂ ਸ਼ਕਤੀ ਲੈਣ ਲਈ ਆਏ ਆ। ਅਸੀਂ 1 ਤਰੀਕ ਤੋਂ 7 ਤਰੀਕ ਤੱਕ ਅਵੇਅਰਨੈਸ ਵਾਸਤੇ ਮੈਂ ਵੱਖ ਵੱਖ ਸ਼ਹਿਰਾਂ ਪਿੰਡਾਂ ਦੇ ਵਿੱਚ ਗਿਆ, ਜ਼ਿਲ੍ਹਿਆਂ 'ਚ ਗਿਆ। ਮੈਂ ਪੰਜਾਬੀਆਂ ਨੂੰ ਇੱਕੋ ਅਪੀਲ ਕਰਕੇ ਆਇਆ ਵੀ ਜੇ 7 ਤਰੀਕ ਤੱਕ 8 ਤੋਂ ਚੁੱਪ ਹੋ ਗਏ ਨਾ ਤੁਸੀਂ, 1 ਤੋਂ 7 ਤੱਕ ਅੰਦੋਲਨ ਕੀਤਾ ਅਤੇ 8 ਤਰੀਕ ਨੂੰ ਆਪੋ ਆਪਣੇ ਕੰਮਾਂ ਦੇ ਉੱਤੇ ਭੁੱਲ ਜਾਈਏ ਆਪਾਂ, ਅਤੇ ਫਿਰ ਇਹ ਨਸ਼ਾ ਖਤਮ ਨਹੀਂ ਹੋਣਾ, ਕਿਉਂਕਿ 2013 ਤੋਂ 2018 ਦਾ ਸਫ਼ਰ ਡੇ ਬਾਈ ਡੇ ਨਸ਼ਾ ਵਧਣ ਦਾ, ਚਿੱਟਾ ਵਧਣ ਦਾ ਸਾਡੇ ਕੋਲ ਹੈਗਾ। ਸੋ ਅਸੀਂ 8 ਤਰੀਕ ਤੋਂ ਲਗਾਤਾਰ ਜਾਰੀ ਰੱਖਾਂਗੇ ਮੁਹਿੰਮ ਸੋਸ਼ਲ ਮੀਡੀਆ ਦੇ ਜ਼ਰੀਏ। ਕੋਈ ਕਿਤੇ ਨਸ਼ਾ ਵੇਚਦਾ ਉਹਦੀ ਇਨਫੋਰਮੇਸ਼ਨ ਸੋਸ਼ਲ ਮੀਡੀਆ 'ਤੇ ਵਾਇਰਲ ਕਰਾਂਗੇ, ਪੂਰੇ ਪੰਜਾਬ ਦਾ ਨੌਜਵਾਨ ਵਾਇਰਲ ਕਰੇਗਾ। ਕਿਤੇ ਕਿਸੇ ਨਸ਼ੇ ਦੇ ਨਾਲ ਨੌਜਵਾਨ ਦੀ ਮੌਤ ਹੁੰਦੀ ਹੈ, ਉਹਦੀ ਸੂਚਨਾ ਸੋਸ਼ਲ ਮੀਡੀਆ 'ਤੇ ਵਾਇਰਲ ਕਰਾਂਗੇ, ਕੋਈ ਚਿੱਟੇ ਦੇ ਨਾਲ ਤੜਪ ਰਿਹਾ ਅਤੇ ਉਹਦੀ ਵੀਡੀਓ ਵਾਇਰਲ ਕਰਾਂਗੇ, ਤਾਂ ਜਿਹੜੀ ਪੰਜਾਬ ਦੀ ਹਕੂਮਤ ਕਹਿੰਦੀ ਹੈ ਨਾ ਵੀ ਪਾਈਪਲਾਈਨ ਤੋੜਤੀ, ਨਸ਼ਾ ਹੈ ਨਹੀਂ, ਇਹ ਸਰਕਾਰ ਦੇ ਅੱਖਾਂ 'ਤੇ ਝੂਠ ਦੀ ਚਰਬੀ ਚੜੀ ਆ, ਉਹ ਚਰਬੀ ਜ਼ਰੂਰ ਸੋਸ਼ਲ ਮੀਡੀਆ ਦੇ ਜ਼ਰੀਏ ਚੱਕਾਂਗੇ। ਐਂਡ ਸੈਕੰਡਲੀ, ਅੱਜ ਮੈਂ ਪੰਜਾਬੀਆਂ ਨੂੰ, ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ, ਕੈਪਟਨ ਅਮਰਿੰਦਰ ਸਿੰਘ ਜੀ ਹੋਰਾਂ ਨੇ ਲੋਕਾਂ ਨਾਲ ਇੱਕ ਵਾਅਦਾ ਕੀਤਾ ਸੀ ਅਸੈਂਬਲੀ ਇਲੈਕਸ਼ਨ ਤੋਂ ਪਹਿਲਾਂ ਕਿ ਮੈਂ ਨਸ਼ਾ ਤਸਕਰਾਂ ਦੀਆਂ ਜਦਾਤਾਂ ਨਿਲਾਮ ਕਰੂੰਗਾ। ਮੈਂ ਪੰਜਾਬ ਵਿਧਾਨ ਸਭਾ ਦੇ ਅੰਦਰ ਅਸੀਂ ਇਹ ਇਸ਼ੂ ਲੈ ਕੇ ਜਾਵਾਂਗੇ ਕਿ ਨਸ਼ਾ ਤਸਕਰ ਅਸਲੀ ਜਿਹੜੇ ਹੈਗੇ ਉਹਨਾਂ ਨੂੰ ਫੜ ਕੇ ਉਹਨਾਂ ਦੀਆਂ ਜਦਾਤਾਂ ਨਿਲਾਮ ਕਰੋ। ਮੈਂ ਪੰਜਾਬ ਦੇ ਆਵਾਮ ਨੂੰ ਅਪੀਲ ਅਤੇ ਬੇਨਤੀ ਕਰਦਾ ਵੀ ਤੁਹਾਡੇ ਜਿਨ੍ਹਾਂ ਘਰਾਂ ਦੇ ਚਿਰਾਗ ਬੁਝੇ ਆ, ਜਿਹੜੇ ਨੌਜਵਾਨ ਤੁਹਾਡੇ ਧੀਆਂ ਅਤੇ ਪੁੱਤ ਨਸ਼ੇ ਨੇ ਖਾਧੇ ਆ, ਉਹਨਾਂ ਦੀ ਜਿਹੜੇ ਨੌਜਵਾਨ ਮੌਤ ਦੇ ਮੂੰਹ 'ਤੇ ਜਾ ਚੁੱਕੇ, ਉਹਨਾਂ ਦੀ ਇਨਫੋਰਮੇਸ਼ਨ ਸਾਨੂੰ ਭੇਜੋ ਤਾਂ ਜੋ ਚਿੱਟਾ ਤਸਕਰਾਂ ਦੀਆਂ ਜਦਾਤਾਂ ਨਿਲਾਮ ਕਰਾ ਕੇ ਸਹਾਇਤਾ ਅਤੇ ਮੁਆਵਜ਼ੇ ਦੇ ਰੂਪ ਦੇ ਵਿੱਚ ਉਹਨਾਂ ਪੀੜਿਤ ਪਰਿਵਾਰਾਂ ਤੱਕ ਸਹਾਇਤਾ ਮਾਲੀ ਮਦਦ ਪਹੁੰਚਦੀ ਕੀਤੀ ਜਾ ਸਕੇ।